ਪੰਜਾਬੀ ਸੂਬਾ ਹੱਕੀ ਮੂਵਮੈਂਟ ਸੀ। ਸਾਡੇ ਵਿਦਵਾਨਾਂ ਦਾ ਇਹ ਹਾਲ ਸੀ ਤਾਂ ਰਾਜਾ ਕੀ ਕਰਦਾ? ਇਹ ਪੰਜਾਬੀ ਵਿਦਵਾਨਾਂ ਦਾ ਕਸੂਰ ਹੈ। ਵਿਦਵਾਨਾਂ ਦਾ ਇਹ ਕੰਮ ਸੀ ਕਿ ਬੋਲੀ ਜਿਹੜੀ ਆ ਇਹਨੂੰ ਸਥਾਪਿਤ ਕਰਦੇ। ਸਿੱਖ ਵਿਦਵਾਨਾਂ ਵੱਲ ਝਾਤ ਮਾਰਦੇ ਆ ਕਿ ਉਹਨਾਂ ਬਿਰਜ ਦਾ ਖਹਿੜਾ ਹੀ ਨਹੀਂ ਛੱਡਿਆ। ਉਦਾਸੀਆਂ ਤੇ ਨਿਰਮਲਿਆਂ ਨੇ ਬੜਾ ਕੰਮ ਖਰਾਬ ਕੀਤਾ। ਮੁਸਲਮਾਨਾਂ ਨੇ ਪੰਜਾਬੀ ਦੀ ਵਾਹ ਨਹੀਂ ਫੜੀ। ਬਾਬਾ ਬੁੱਲੇ ਸ਼ਾਹ ਉਹ ਵੀ ਅਲਫਬੇ ਦੀ ਗੱਲ ਕਰਦਾ ਜੀ। ਸੁਲਤਾਨ ਬਾਹੂ ਉਹ ਵੀ ਅਲਫਬੇ ਦੀ ਗੱਲ ਕਰਦਾ ਜੀ। ਕਾਦਰ ਯਾਰ ਉਹ ਵੀ ਅਲਫਬੇ ਦੀ ਕਰਦਾ ਜੀ। ਸੈਫਲ ਮਲੂਕ ਆ ਉਹਦੇ ਵਿੱਚ ਤਾਂ ਜਿਹੜੇ ਸਰਨਾਵੇ ਆ ਉਹ ਵੀ ਫਾਰਸੀ ਵਿੱਚ ਸੀਗੇ। ਇੱਥੋਂ ਤੱਕ ਹੀਰ ਦੇ ਜਿਹੜਾ ਕਿੱਸਾ ਹੈ ਉਹਦੇ ਵਿੱਚ ਵੀ ਸਰਨਾਵੇ ਪਹਿਲਾਂ ਫਾਰਸੀ ਵਿੱਚ ਹੁੰਦੇ ਸੀਗੇ ਜੀ। ਕੈਰੋਂ ਨੇ ਜ਼ਿਲ੍ਹਾ ਪੱਧਰ 'ਤੇ 1961 ਵਿੱਚ ਲਾਗੂ ਕਰ ਦਿੱਤੀ। ਇਹਨਾਂ ਰਜਿਸਟਰੀਆਂ ਸਾਰੇ ਪੰਜਾਬ ਦੇ ਵਿੱਚ ਇੱਕਦਮ ਪੰਜਾਬੀ ਵਿੱਚ ਹੋਣ ਲੱਗ ਪਈਆਂ। ਚੰਡੀਗੜ੍ਹ ਜਿੱਥੇ ਪੰਜਾਬੀ ਬੋਲਣ ਵਾਲੇ 90% ਨੇ ਉੱਥੇ ਵੀ ਲੋਕਾਂ ਨੇ ਪੰਜਾਬੀ ਭਾਸ਼ਾ ਨਹੀਂ ਲਿਖਾਈ ਜਦੋਂ ਉੱਥੇ ਗਣਨਾ ਹੋਈ। ਇਹਦੇ ਪਿੱਛੇ ਕੀ ਕਾਰਨ ਸੀ? ਮੈਂ 1951 ਵਿੱਚ ਦੇਖਿਆ ਜੀ ਕਿ ਪੰਜਾਬ ਦਾ ਜਿਹੜਾ ਸ਼ਡਿਊਲਡ ਕਾਸਟ ਹੈ ਜੀ ਅਤੇ ਇਹਨਾਂ ਦੇ ਜਿਹੜੇ ਸਾਧ ਨੇ ਸ਼ਡਿਊਲਡ ਕਾਸਟਾਂ ਦੇ ਧਰਮੀ ਲੀਡਰ ਹੋਏ, ਪਿੱਥੀ ਸਿੰਘ ਆਜ਼ਾਦ ਲੀਡਰ ਜਿਹੜਾ ਸਾਡੇ ਉਹ ਛੋਟਾ CM ਪੰਜਾਬ ਦਾ ਰਿਹਾ ਜੀ ਉਹਦੇ ਵਿੱਚ ਬਜਾਰਤ ਵਿੱਚ ਜੀ, ਕਿਉਂਕਿ ਇਹ ਆਰੀਆ ਸਮਾਜੀ ਸੀ ਇਹ, ਅਤੇ ਇਹਦਾ ਕਾਰਨ ਵੀ ਹੋ ਸਕਦਾ ਕਿ ਉਹ ਪ੍ਰੇਰਨਾ ਕੀਤੀ ਹੋਵੇ। ਨਹੀਂ ਹੋਏ, ਇਹ ਤਾਂ ਜਿਵੇਂ ਪਹਿਲਾਂ ਪਾਕਿਸਤਾਨ ਬਣਿਆ ਹੈਗਾ ਤੁਹਾਨੂੰ ਛੱਡ ਕੇ ਜਾਣਾ ਪਊਗਾ ਇੱਥੋਂ, ਫਿਰ ਜੀ ਡਰਾ ਦਿੱਤਾ ਗਿਆ ਲੋਕਾਂ ਨੂੰ, ਇਹ ਉਹਨਾਂ ਵਿੱਚ ਆਪਣੀ ਬੋਲੀ ਨਾਲੋਂ ਤੋੜ ਦਿੱਤਾ ਗਿਆ। ਇਹ ਨਹੀਂ ਸੋਚਿਆ ਵੀ ਅਸੀਂ ਇਹ ਇਹੋ ਜਿਹੀ ਤੇੜ ਲੋਕਾਂ 'ਚ ਪਾ ਸਕੇ ਹਾਂ, ਸਮਾਜ ਦੇ ਵਿੱਚ ਤੇੜ ਇਹੀ ਖੜੀ ਕਰ ਦਿੱਤੀ ਆ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਨੁਕਸਾਨ ਹੋ ਸਕਦਾ। ਜੇ ਇਹਦਾ ਸਿੱਟਾ ਇਹ ਹੋਇਆ, ਪਹਿਲਾਂ ਮੁਸਲਮਾਨਾਂ ਨੇ ਪੰਜਾਬੀ ਦੀ ਵਾਹ ਨਹੀਂ ਫੜੀ ਜੀ ਜਦੋਂ ਅੰਗਰੇਜ਼ ਆਏ ਆ ਜੀ, ਉਹਨਾਂ ਨੇ ਸਰ ਸੈਯਦ ਅਹਿਮਦ ਖਾਨ ਜਿਹੜਾ ਉਹਨਾਂ ਦਾ ਲੀਡਰ ਸੀ ਇੱਕ UP ਦਾ, ਜਿਹਦਾ ਜਨਮ 1817 ਦਾ ਆ, ਉਹਦੇ ਮਗਰ ਲੱਗ ਗਏ ਪੰਜਾਬੀ ਮੁਸਲਮਾਨ। ਕਿਉਂਕਿ ਪੰਜਾਬੀ ਲੀਡਰ ਜਿਹੜੇ ਅਜੇ ਡਾਕਟਰ ਇਕਬਾਲ ਨੂੰ ਵੀ ਦੇਖਦੇ ਆ ਤਾਂ ਉਹਨੇ ਵੀ ਪੰਜਾਬੀ 'ਚ ਕੰਮ ਨਹੀਂ ਕੀਤਾ, ਹਾਲਾਂਕਿ ਉਹ ਫਾਰਸੀ ਵਿੱਚ PhD ਸੀ ਜੀ ਜੀ, ਅਤੇ ਉਹਨੇ ਕਵਿਤਾ ਦੇ ਵਿੱਚ ਵੀ ਲਿਖਿਆ, ਉਹਨੇ ਸ਼ਾਇਰੇ ਮਸ਼ਰੇ ਵੀ ਮਸ਼ਰਕ ਵੀ ਉਰਦੂ ਵਾਲੇ ਕਹਿੰਦੇ ਨੇ, ਪੂਰਬ ਦਾ ਸ਼ਾਇਰ ਜੀ, ਉਸਨੇ ਵੀ ਕੰਮ ਨਹੀਂ ਕੀਤਾ। ਉਹਦਾ ਜਨਮ 1875 ਅਤੇ 38 ਜੀ, ਉਹਨੇ ਵੀ ਨਹੀਂ ਕੰਮ ਕੀਤਾ ਜੀ। ਜਿਹੜੇ ਮੁਸਲਮਾਨਾਂ ਨੇ ਕਿੱਸੇ ਜਾਂ ਹੋਰ ਕਿਤਾਬਾਂ ਲਿਖੀਆਂ ਨੇ ਉਹ ਅਲਫਬੇ 'ਚ ਲਿਖੀਆਂ ਨੇ ਜੀ, ਉਹਨਾਂ ਵਿੱਚੋਂ ਕਈ ਨੇ ਜਿਹੜੇ ਬਾਬਾ ਬੁੱਲੇ ਸ਼ਾਹ ਉਹ ਵੀ ਅਲਫਬੇ ਦੀ ਗੱਲ ਕਰਦਾ ਜੀ, ਸੁਲਤਾਨ ਬਾਹੂ ਉਹ ਵੀ ਅਲਫਬੇ ਦੀ ਗੱਲ ਕਰਦਾ, ਕਾਦਰ ਯਾਰ ਉਹ ਵੀ ਅਲਫਬੇ ਦੀ ਕਰਦਾ, ਸੈਫਲ ਮਲੂਕ ਆ ਉਹਦੇ ਵਿੱਚ ਤਾਂ ਜਿਹੜੇ ਸਰਨਾਵੇ ਆ ਉਹ ਵੀ ਫਾਰਸੀ ਵਿੱਚ ਸੀਗੇ। ਇੱਥੋਂ ਤੱਕ ਹੀਰ ਦੇ ਜਿਹੜਾ ਕਿੱਸਾ ਹੈ ਉਹਦੇ ਵਿੱਚ ਵੀ ਸਰਨਾਵੇ ਪਹਿਲਾਂ ਫਾਰਸੀ ਵਿੱਚ ਹੁੰਦੇ ਸੀਗੇ ਜੀ। ਹਾਂਜੀ ਜੀ, ਤੋ ਇਸ ਤਰ੍ਹਾਂ ਵਿਦਵਾਨਾਂ ਦਾ ਇਹ ਕੰਮ ਸੀ ਕਿ ਬੋਲੀ ਜਿਹੜੀ ਆ ਇਹਨੂੰ ਸਥਾਪਿਤ ਕਰਕੇ। ਮਹਾਰਾਜਾ ਰਣਜੀਤ ਸਿੰਘ ਵੱਲੋਂ ਜੇਕਰ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਸਿੱਖ ਰਾਜ ਮੌਕੇ, ਤਾਂ ਪੰਜਾਬੀ ਦੀ ਚੜ੍ਹਤ ਅਤੇ ਪੰਜਾਬੀ ਦੀ ਦਾ ਵਿਕਾਸ ਜਿਹੜਾ ਹੈ ਉਹ ਕਿਸੇ ਹੋਰ ਪੱਧਰ ਦਾ ਹੋਣਾ ਸੀ? ਇਹ ਪੰਜਾਬੀ ਵਿਦਵਾਨਾਂ ਦਾ ਕਸੂਰ ਹੈ ਕਿ ਸਿੱਖ ਵਿਦਵਾਨਾਂ ਵੱਲ ਝਾਤ ਮਾਰਦੇ ਆ ਕਿ ਉਹਨਾਂ ਬਿਰਜ ਦਾ ਖਹਿੜਾ ਨਹੀਂ ਛੱਡਿਆ। ਰਚਨਾ ਜਿਹੜੀ ਕਰਦੇ ਰਹੇ ਆ ਤੇ ਬਿਰਜ ਸਿੱਖਦੇ ਰਹੇ ਜਾਂ ਸੰਸਕ੍ਰਿਤ ਸਿੱਖਦੇ ਰਹੇ ਆ ਜੀ, ਧਿਆਨ ਉਹਨਾਂ ਦਾ ਇਸ ਪਾਸੇ ਵੀ ਨਹੀਂ ਗਿਆ ਹੈਗਾ ਜੀ। ਜੇ ਮੁਸਲਮਾਨਾਂ ਨੇ ਲਿਖਿਆ ਤਾਂ ਉਹਨਾਂ ਨੇ ਰਾਜ ਦੀ ਵੋਕੈਬਲਰੀ ਪੈਦਾ ਨਹੀਂ ਕਰ ਸਕੇ, ਤੇ ਨਾ ਗੁਰਮੁਖੀ ਨੂੰ ਅੱਗੇ ਵਧਾਇਆ ਉਹਨਾਂ ਨੇ, ਅਲਫਬੇ ਅੱਗੇ ਵਧਾਇਆ ਜੀ। ਭਾਈ ਸੰਤੋਖ ਸਿੰਘ ਕਿੱਡਾ ਛੰਦ ਸ਼ਾਸਤਰੀ ਸੀਗਾ, ਉਹਨੇ ਵੱਡਾ ਗ੍ਰੰਥ ਲਿਖਿਆ ਜੀ, ਉਹ ਬ੍ਰਿਜ ਭਾਸ਼ਾ, ਉਹ ਬ੍ਰਿਜ ਭਾਸ਼ਾ ਆ। ਕਿਉਂ? ਉਹ ਪਹਿਲਾਂ ਜਿਹੜੇ ਸਾਰੇ ਬ੍ਰਿਜ ਨੂੰ ਚਿੰਬੜੀ ਰੱਖਿਆ ਉਹਨਾਂ ਨੇ, ਜਦੋਂ ਸਾਡੇ ਵਿਦਵਾਨਾਂ ਦਾ ਇਹ ਹਾਲ ਸੀ ਤਾਂ ਰਾਜਾ ਕੀ ਕਰਦਾ ਉੱਥੇ ਜੀ? ਕਿਉਂਕਿ ਜਿਵੇਂ ਲਛਮਣ ਸਿੰਘ ਗਿੱਲ ਨੇ 1968 ਵਿੱਚ ਕਾਨੂੰਨ ਪਾਸ ਕਰਕੇ ਇਹਨੂੰ ਲਗਾਇਆ, ਹੁਣ ਜੇ ਵਿਦਵਾਨਾਂ ਨੇ ਪੰਜਾਬੀ ਦੇ ਕੰਮ ਹੀ ਨਾ ਕੀਤਾ ਹੁੰਦਾ
ਭਾਸ਼ਾ ਕਿਸ ਤਰ੍ਹਾਂ ਲਿਖੀ ਜਾਂਦੀ ਉਹ ਕਿਸ ਤਰ੍ਹਾਂ ਰਾਜ ਕਾਜ ਦਾ ਜਿਹੜਾ ਕੰਮ ਚੱਲਦਾ ਸਰਕਾਰੀ ਭਾਸ਼ਾ ਕਿਵੇਂ ਬਣਦੀ ਇਸ ਕਰਕੇ ਇਹ ਵਿਦਵਾਨਾਂ ਦਾ ਵੀ ਕਸੂਰ ਹੈ ਇਹ ਅਕਸਰ ਕਿਹਾ ਜਾਂਦਾ ਹੈ ਕਿ ਉਦਾਸੀਆਂ ਤੇ ਨਿਰਮਲਿਆਂ ਨੇ ਬੜਾ ਕੰਮ ਖਰਾਬ ਕੀਤਾ ਰਲਾ ਕਰ ਦਿੱਤਾ ਪਰ ਗੁਰਮੁਖੀ ਨੂੰ ਜੇ ਬਚਾਇਆ ਵੀ ਤਾਂ ਉਹਨਾਂ ਨੇ ਬਚਾਇਆ ਕਾਰਨ ਇਹ ਆ ਕਿ ਸਿੰਘ ਜਿਹੜੇ ਆ ਉਹ ਤਾਂ ਜੰਗਲਾਂ 'ਚ ਰਹਿੰਦੇ ਸੀਗੇ ਆਪਣੇ ਜਾਨ ਬਚਾਉਂਦੇ ਸੰਘਰਸ਼ ਵਿੱਚ ਸੀ ਉਹਨਾਂ ਨੇ ਕੀ ਸੋਚਣਾ ਸੀਗਾ ਜੀ ਇਹ ਜਿਹੜੇ ਸੀਗੇ ਇਹ ਬਾਹਰ ਸੀਗੇ ਮੁਗਲ ਹੈਗੇ ਇਹਨੇ ਦਿਸ਼ਾਕੇ ਨਹੀਂ ਸੀ ਕਰਦੇ ਜੀ ਤੇ ਫਿਰ ਗੁਰਦੁਆਰਿਆਂ ਦੇ ਵਿੱਚ ਲੋਕਾਂ ਨੂੰ ਗੁਰਮੁਖੀ ਪੜ੍ਹਾਈ ਜਾਂਦੇ ਸੀ ਬਾਣੀ ਪੜ੍ਹਾਈ ਜਾਂਦੀ ਤੇ ਪੰਜਾਬ ਦੀ ਜਿਹੜੀ ਇੱਥੇ ਆਪਣੇ ਟਾਕਰੀ ਲਿਪੀ ਚੱਲਦੀ ਸੀ ਜਾਂ ਧਾਰਮਿਕ ਤੌਰ ਤੇ ਗੁਰਮੁਖੀ ਚੱਲਦੀ ਸੀ ਇਸ ਨੂੰ ਜਿਹੜੇ ਆ ਸਾਧ ਵੀ ਵਰਤਦੇ ਸੀਗੇ ਤੇ ਭਾਈ ਵੀ ਵਰਤਦੇ ਸੀ ਇੱਥੇ ਇੱਕ ਸੰਗੀਤ ਦਾ ਹੋਇਆ ਵੱਡਾ ਆਚਾਰੀਆ ਉਸਤਾਦ ਜਿਹਦਾ ਮੇਲਾ ਲੱਗਦਾ ਜਲੰਧਰ ਉਹਦੀਆਂ ਜਿਹੜੀਆਂ ਬੰਦਿਸ਼ਾਂ ਨੇ ਉਹ 1865 ਵਿੱਚ ਉਹਨੇ ਗੁਰਮੁਖੀ ਅੱਖਰਾਂ 'ਚ ਲਿਖੀਆਂ ਹਰਬੱਲਵ ਜੀ ਦੇ ਨਾਂ 'ਤੇ ਮੇਲਾ ਲੱਗਦਾ ਅਤੇ ਉਹਦੀਆਂ ਬੰਦਿਸ਼ਾਂ ਜਿਹੜੀਆਂ ਹੈਗੀਆਂ ਸੀ ਇਹਦੀਆਂ ਤਰਜ਼ਾਂ ਜਿਹੜੀਆਂ ਬਣਾਈਆਂ ਹੁੰਦੀਆਂ ਨੇ ਅਤੇ ਉਹ ਗੁਰਮੁਖੀ ਅੱਖਰਾਂ ਵਿੱਚ ਸੀ 1865 ਵਿੱਚ ਉਹਨੇ ਇਹ ਲਿਖਿਆ ਹੈ ਉਹ ਮੇਰੇ ਖਿਆਲ 200 ਵਰ੍ਹੇ ਦਾ ਹੋਣਾ ਪੁਰਾਣਾ ਉਹ ਹਰਿਬੱਲਵ ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਹੈ ਉਹ ਜੀ ਤੇ ਉਹ ਇਹਦਾ ਮਤਲਬ ਹੈ ਗੁਰਮੁਖੀ ਜਿਹੜੀ ਧਾਰਮਿਕ ਥਾਂ ਤੇ ਵਰਤਦੇ ਸੀਗੇ ਜੀ ਜੀ ਤੇ ਜਿਹੜੇ ਪਹਾੜੀ ਇਲਾਕਿਆਂ ਵਿੱਚ ਸੀ ਮੰਡੀ ਹੋ ਗਿਆ ਕੁੱਲੂ ਹੋ ਗਿਆ ਇੱਧਰ ਟਾਕਰੀ ਚੱਲਦੀ ਰਹੀ ਹੈ ਲਿਪੀ ਟਾਕਰੀ ਟਾਕਰੀ ਲਿਪੀ ਸੀ ਬੋਲੀ ਬੋਲੀ ਜਿਹੜੀ ਹੈਗੀ ਆ ਉਹਨਾਂ ਦੀ ਲੋਕਲ ਸੀ ਕੋਈ ਜਿਹੜੀ ਮਰਜ਼ੀ ਵਰਤੀ ਜਾਵੇ ਜਦ ਕਿ ਧਾਰਮਿਕ ਤੌਰ ਤੇ ਉਹ ਸੰਸਕ੍ਰਿਤ ਵਰਤਦੇ ਸੀ ਲਿਪੀ ਉਹਨਾਂ ਦੀ ਸੰਸਕ੍ਰਿਤ ਵੀ ਟਾਕਰੀ ਸੀ ਜੀ ਜਿਹਾ ਕਿ ਆਪਣੇ ਅਲੈਗਜ਼ੈਂਡਰ ਕਨਗਮ ਨੇ ਆਪਣੇ ਜੋਗ੍ਰਾਫੀ ਆਫ ਇੰਡੀਆ ਵਿੱਚ ਲਿਖਿਆ ਕਿ ਮੈਨੂੰ ਜਿਹੜੀ ਰਾਜ ਤਰੰਗਣੀ ਸੰਸਕ੍ਰਿਤ ਦੀ ਕਿਤਾਬ ਮਿਲੀ ਹੈ ਹਿਸਟਰੀ ਦੀ ਜੀ ਉਹ ਟਾਕਰੀ ਲਿਪੀ 'ਚ ਮਿਲੀ ਹੈ 1150 AD ਦੀ ਵਾਹ ਇਹਦਾ ਮਤਲਬ ਹੈ ਕਿ ਇਹ ਜਿਹੜੀ ਆ ਇਸ ਇਲਾਕੇ ਦੀ ਆ ਇਹ ਬਹੁਤ ਇੱਕ ਅਹਿਮ ਲਿਪੀ ਸੀ ਜਿਹਦੇ ਵਿੱਚ ਸੰਸਕ੍ਰਿਤ ਲਿਖੀ ਜਾਂਦੀ ਸੀ ਇਹ ਪੱਕਾ ਸਬੂਤ ਕਨਗਮ ਦੀ ਕਿਤਾਬ 'ਚੋਂ ਮਿਲਦਾ ਜੀ ਜੇ ਜਿਹੜੇ ਹੋਰ ਇੱਥੇ ਦੇ ਉਸ ਤੋਂ ਪਹਿਲਾਂ ਹੋ ਚੁੱਕੇ ਨੇ ਵਿਦਵਾਨ ਜਿਹੜੇ ਆ ਉਹਨਾਂ ਨੇ ਵੀ ਇਸ ਨੂੰ ਫਾਲੋ ਕੀਤਾ ਹੋਵੇਗਾ ਜੀ ਕਿਉਂਕਿ ਹੋਰ ਸਾਨੂੰ ਇੱਥੇ ਲਿਪੀ ਨਹੀਂ ਮਿਲਦੀ ਹੈਗੀ ਇੱਕ ਲਿਪੀ ਦਾ ਹੋਰ ਜ਼ਿਕਰ ਕਰਦਾ ਅਲਬਰੂਨੀ ਜੀ ਉਹਨੂੰ ਅਰਬਨਾਕਰੀ ਕਹਿੰਦਾ ਉਹ ਜੀ ਉਹ ਬਠਿੰਡੇ ਦਾ ਕਹਿੰਦਾ ਉਸ ਏਰੀਏ 'ਚੋਂ ਚੱਲਦੀ ਰਹੀ ਆ ਅਤੇ ਜਾਂ ਫਿਰ ਸਿੰਧ ਦੇ ਅਲਮਨਸੂਰਾ ਕਸਬੇ ਵਿੱਚੋਂ ਚੱਲਦੀ ਰਹੀ ਹੈ ਬਠਿੰਡਾ ਮਤਲਬ ਭੱਟੀ ਦੇਸ਼ ਜਿਹਨੂੰ ਕਹਿੰਦੇ ਸੀ ਆ ਜਿਹੜਾ ਆਪਣੇ ਬਠਿੰਡਾ ਜ਼ਿਲ੍ਹਾ ਹੁਣ ਜੀ 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 ਇਹ ਇਹਨੂੰ ਭੱਟੀ ਦੇਸ਼ ਵੀ ਕਹਿੰਦੇ ਜੀ ਕਿਉਂਕਿ ਭੱਟੀਆਂ ਦਾ ਹੀ ਇਹ ਏਰੀਆ ਜਿਹੜਾ ਉਹ ਜਿਹਨੂੰ ਅੱਜ ਕੱਲ੍ਹ ਹਨੂੰਮਾਨਗੜ੍ਹ ਕਰਦੇ ਹਾਂ ਜੀ ਜੀ ਅਤੇ ਉਹਦਾ ਨਾਮ ਪਹਿਲਾਂ ਹੋਰ ਸੀ ਕੋਈ ਜੀ ਭਟਨੇਰ ਉਹਦਾ ਨਾਂ ਭਟਨੇਰ ਸੀ ਪਹਿਲਾਂ ਜੀ ਅਤੇ ਹਿੰਦੂਆਂ ਦਾ ਜ਼ੋਰ ਪੈ ਕੇ ਇਹਨਾਂ ਨੇ ਇਹਦਾ ਨਾਂ ਹਨੂੰਮਾਨਗੜ੍ਹ ਕਰਤਾ ਜੀ ਜੀ ਚੰਡੀਗੜ੍ਹ ਜਿਹੜਾ ਹੈ ਇਸੇ ਕਰਕੇ ਕੰਟਰੋਵਰਸ਼ਲ ਜਿਹਾ ਇਲਾਕਾ ਬਣ ਗਿਆ 1951 ਦੀ ਮਰਦਮਸ਼ੁਮਾਰੀ 'ਚ ਸ਼ਡੂਲਡਕਾਸਟ ਅਤੇ ਹਿੰਦੂਆਂ ਨੇ ਪੰਜਾਬੀ ਬੋਲਦਿਆਂ ਹੋਇਆਂ ਹਿੰਦੀ ਲਿਖਵਾਈ ਹੈ ਉਹਦੇ ਪਿੱਛੇ ਤਾਂ ਬਹੁਤੇ ਜਾਣ ਦੀ ਲੋੜ ਨਹੀਂ ਜੀ ਅਤੇ ਇੱਥੋਂ ਇਹ ਇੱਕ ਪਾੜਾ ਜਿਹਾ ਪੈ ਗਿਆ ਕਿਉਂਕਿ ਸਰਕਾਰੀ ਤੌਰ 'ਤੇ ਜਦੋਂ ਇੱਥੇ ਦੀ ਉਰਦੂ ਦੇ ਹਮਾਇਤੀ ਲੋਕ ਨੇ ਉਹ ਪਾਕਿਸਤਾਨ ਚਲੇ ਗਏ ਹੁਣ ਇੱਥੇ ਸਵਾਲ ਪੈਦਾ ਹੋਇਆ ਕਿ ਪੰਜਾਬ ਦੀ ਸਰਕਾਰੀ ਬੋਲੀ ਕਿਹੜੀ ਹੋਵੇ ਜੀ ਅਤੇ ਇੱਥੇ ਰੌਲਾ ਇਹ ਪਾਇਆ ਗਿਆ ਕਿ ਇੱਥੇ ਹਿੰਦੂਆਂ ਨੇ ਪਾਇਆ ਕਿ ਸਾਡੀ ਬਹੁ ਗਿਣਤੀ ਆ ਇੱਥੇ ਦੀ ਹਿੰਦੀ ਹੋਣੀ ਚਾਹੀਦੀ ਆ ਪੰਜਾਬ ਦੀ ਸਰਕਾਰੀ ਬੋਲੀ ਹਿੰਦੀ ਹੋਣੀ ਚਾਹੀਦੀ ਆ ਜੀ ਅਤੇ ਦੂਜੇ ਪਾਸੇ ਸਿੱਖ ਲੀਡਰਾਂ ਨੇ ਵੀ ਇਹ ਕਿਹਾ ਕਿ ਨਹੀਂ ਲੋਕ ਸਾਰੇ ਜਦੋਂ ਪੰਜਾਬੀ ਬੋਲਦੇ ਨੇ ਤਾਂ ਪੰਜਾਬੀ ਹੋਣੀ ਚਾਹੀਦੀ ਆ ਜੀ ਜਾਣੀ ਉਹ ਆਪਸ ਵਿੱਚ ਇਹੋ ਜਿਹੇ ਕਸ਼ਮਕਸ਼ ਜਿਹੀ ਹੋਈ ਪਰ ਇਹਦੇ ਦੌਰਾਨ ਇਹ ਹੋਇਆ 1949 ਵਿੱਚ ਪੰਜਾਬੀ ਨੂੰ ਐਜ ਏ ਮੀਡੀਅਮ ਪਹਿਲੀ ਵਾਰੀ ਮਨਜ਼ੂਰੀ ਮਿਲੀ ਸਰਕਾਰੀ ਭਾਸ਼ਾ ਦੇ ਤੌਰ ਐਜ ਏ ਮੀਡੀਅਮ ਐਜ ਏ ਮੀਡੀਅਮ ਪਹਿਲਾਂ ਜਿਹੜਾ ਲੋਕਾਂ ਨੇ PhD ਕੀਤੀਆਂ ਨੇ ਜਿਵੇਂ ਡਾਕਟਰ ਬਨਾਰਸੀ ਦਾਸ ਹੈ ਡਾਕਟਰ ਮੋਹਨ ਸਿੰਘ ਦੀਵਾਨਾ ਹੈ ਲੱਜਾਵਤੀ ਆ ਇਹ ਤਿੰਨ ਬੰਦਿਆਂ ਨੇ ਹੀ ਪਹਿਲਾਂ ਡਾਕਟਰੇਟ ਦੀਆਂ ਡਿਗਰੀਆਂ ਕੀਤੀਆਂ ਨੇ ਪੰਜਾਬੀ 'ਚ ਆਜ਼ਾਦੀ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਮੀਡੀਅਮ ਸੀ ਉਹ ਸੀ ਇੰਗਲਿਸ਼
ਪੰਜਾਬ ਦੀ ਵੰਡ ਤੋਂ ਪਹਿਲਾਂ ਦੀ ਗੱਲ ਤੁਸੀਂ ਕਰ ਰਹੇ ਹੋ। ਹਾਂ ਉਹ ਸੀ ਇਹ ਪਿੱਛੋਂ ਰੌਲਾ ਪੈ ਗਿਆ ਜਦੋਂ ਮੁਸਲਮਾਨ ਇਹਦੇ ਹਮਾਇਤੀ ਜਿਹੜੇ ਆ ਉਰਦੂ ਦੇ ਚਲੇ ਗਏ, ਕਿਉਂਕਿ ਹੁਣ ਵੀ ਆਪਾਂ ਜੇ ਕਹਿੰਦੇ ਹਾਂ ਹਮਾਇਤੀ ਆ, ਮੈਂ ਇਹ ਸਾਬਤ ਕਰਦਾ ਕਿ ਜੇ ਨਹੀਂ ਹੁੰਦੇ ਤਾਂ ਹੁਣ ਕਿਉਂ ਉੱਥੇ ਦੀ ਉਰਦੂ ਜ਼ਬਾਨ ਆ ਸਰਕਾਰੀ ਪਾਕਿਸਤਾਨ ਦੇ ਪੰਜਾਬ ਦੀ ਬੋਲਣ ਵਾਲੇ ਪੰਜਾਬੀ ਨੇ ਸਾਰੇ ਬੋਲਦੇ ਪੰਜਾਬੀ ਨੇ ਪੜ੍ਹਦੇ ਉਰਦੂ ਨੇ ਪੜ੍ਹਦੇ ਉਰਦੂ। ਇਹਦਾ ਮਤਲਬ ਆ ਉਹਨਾਂ ਦੀ ਮਾਨਸਿਕਤਾ ਵਿੱਚੋਂ ਉਹ ਅੰਗਰੇਜ਼ਾਂ ਵੇਲੇ ਵਾਲੀ ਜਿਹੜੀ ਸਰ ਸੈਯਦ ਅਹਿਮਦ ਵਾਲੀ ਗੱਲ ਸੀ ਲੀਡਰੀ ਦੀ, ਆਪ ਲੀਡਰ ਨਹੀਂ ਬਣਨਾ ਬਣੇ ਉਹ, ਪਰ ਯੂਪੀ ਵਾਲਿਆਂ ਨੂੰ ਇਹਨਾਂ ਨੇ ਲੀਡਰ ਮੰਨ ਲਿਆ, ਭਾਸ਼ਾ ਹੀ ਦੱਸਦੇ ਆਪਣੀ ਆਪਣੀ ਬੋਲੀ ਨੂੰ ਡੀਗ੍ਰੇਡ ਕਰ ਲਿਆ ਇਹਨਾਂ ਨੇ ਆਪਣੇ ਆਪ ਨੂੰ। ਇਸ ਤਰ੍ਹਾਂ ਇਹ ਤੁਸੀਂ ਖੜੀ ਬੋਲੀ ਦੀ ਗੱਲ ਕੀਤੀ ਆ ਹੁਣੇ, ਤੇ ਹੁਣ ਆਪਾਂ ਆਉਂਦੇ ਹਾਂ ਕਿ ਕਿਵੇਂ ਹੋਇਆ ਇਹ। ਇੱਥੇ ਪੰਜਾਬੀ ਸੂਬੇ ਦੀ ਮੂਵਮੈਂਟ ਵੀ ਚੱਲਦੀ ਰਹੀ ਆ, ਹਿੰਦੀ ਮੂਵਮੈਂਟ ਵੀ ਚੱਲੀ ਆ। ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਆ, ਕਈ ਤਾਂ ਉਹਨੂੰ ਕਹਿੰਦੇ ਨੇ ਕਿ ਉਹਨੇ ਨਾ ਇਹਨੂੰ ਦਵਾਇਆ ਮੂਵਮੈਂਟ ਨੂੰ, ਪਰ ਮੈਂ ਦੇਖਿਆ ਖੋਜ ਕਰਕੇ ਵੀ ਬੰਦੇ ਨੇ ਉੱਥੇ ਕੰਮ ਵੀ ਬੜੇ ਕੀਤੇ ਨੇ ਉਸ ਬੰਦੇ ਨੇ ਜੀ। ਮੈਂ ਇੱਕ ਲੇਖ ਵਿੱਚ ਉਹਦਾ ਜ਼ਿਕਰ ਵੀ ਕੀਤਾ, ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਹਿਰੋਂ ਦਾ ਜੀ। ਪੰਜਾਬੀ ਸੂਬੇ ਦੀ ਮੂਵਮੈਂਟ ਚੱਲਦੀ ਚੱਲਦੀ ਰਹੀ ਆ, ਤੇ ਹਿੰਦੀ ਦੀ ਮੂਵਮੈਂਟ ਫੇਲ ਕਰਤੀ ਉਹਨੇ ਜੀ। ਇੱਥੇ ਹਿੰਦੂ ਮਹਾਂਸਭਾ ਦਾ ਕੈਂਡੀਡੇਟ ਸੀਗਾ 1962 ਵਿੱਚ ਰਮੇਸ਼ ਚੰਦਰ ਖੰਨਾ ਜੀ, ਅਸੀਂ ਵੀ ਉਹਦਾ ਜਲਸਾ ਦੇਖਿਆ ਇੱਥੇ, ਉਹਦਾ ਸੀ ਜਲਸਾ ਜਵਾਹਰ ਨਗਰ ਕੈਂਪ ਲੁਧਿਆਣਾ, ਤੇ ਉਹਨੇ ਬੋਲਦੇ ਹੋਏ ਕਿਹਾ, ਹਿੰਦੀ ਵਿੱਚ ਬੋਲਿਆ ਉਹ, ਹੈ ਪੰਜਾਬੀ ਦਾ ਪ੍ਰੋਫੈਸਰ ਮੈਂ ਸੁਣਿਆ ਸੀ ਉਹਦੇ ਬਾਰੇ, ਪਰ ਬੋਲਿਆ ਹਿੰਦੀ ਵੀ ਸਟੇਜ 'ਤੇ, ਕਿ ਜਿਸ ਤਰ੍ਹਾਂ ਦਿਲ ਰੋਡ ਹੁਸ਼ਿਆਰਪੁਰ 'ਤੇ ਲਾਠੀ ਚਲਾਈ ਆ ਕੈਰੋਂ ਸਾਹਿਬ ਨੇ, ਬੜਾ ਜ਼ੁਲਮ ਕੀਤਾ ਆ ਉਹਦੇ, ਬੜਾ ਖਿਲਾਫ਼ ਬੋਲਿਆ ਉਹ ਜੀ। ਮੈਂ ਸਮਝਦਾ ਕੈਰੋਂ ਦੇ ਮੁਕਾਬਲੇ ਵਿੱਚ ਕੋਈ ਹੋਰ ਹੁੰਦਾ ਕਰਕੇ ਦਿਖਾ ਦਿੰਦਾ ਇਸ ਮੂਵਮੈਂਟ ਨੂੰ ਫੇਲ ਜੀ, ਨਹੀਂ ਕਿਸੇ ਹਿੰਦੂ ਨੇ ਕਰਨੀ ਨਾ ਸੀ ਇਹ ਕੰਮ। ਬਾਕੀ ਪੰਜਾਬੀ ਸੂਬਾ ਦੀ ਮੂਵਮੈਂਟ ਜਿਹੜੀ ਆ ਇਹ ਕਿਉਂਕਿ ਹੱਕੀ ਮੂਵਮੈਂਟ ਸੀ ਜੀ, ਇਹਨੂੰ ਬਲ ਮਿਲਦਾ ਗਿਆ, ਜਦੋਂ ਜਦ ਚੱਲਦੀ ਰਹੀ ਆ, ਬਹੁਤ ਸਾਰੀਆਂ ਲੋਕਾਂ ਨੂੰ ਸਜ਼ਾਵਾਂ ਵੀ ਦਿੰਦੇ ਰਹੇ ਨੇ, ਪਰ ਲੋਕ ਆਪਣੀ ਧੁਨ ਦੇ ਪੱਕੇ ਨਿਕਲੇ ਨੇ ਜੀ। ਮੈਂ ਕਹਿੰਦਾ ਜੇ ਹੁਣ ਆਪਾਂ ਦੇਖਦੇ ਹਾਂ ਨਾ ਪੰਜਾਬੀ ਲੋਕਾਂ ਦੀ, ਉਹ ਚੰਡੀਗੜ੍ਹ ਦੀ ਵੀ ਸਰਕਾਰੀ ਬੋਲੀ ਨਹੀਂ ਬਣਾ ਸਕਦੇ, ਕਿੱਥੇ ਉਹਨਾਂ ਨੇ ਲੜ ਕੇ ਪੰਜਾਬੀ ਨੂੰ ਪਹਿਲਾਂ ਮੀਡੀਅਮ ਬਣਵਾਇਆ, ਫਿਰ ਸੱਚਰ ਫਾਰਮੂਲਾ ਬਣਵਾਇਆ, ਫਿਰ ਅਖੀਰ ਵਿੱਚ ਕੈਰੋਂ ਨੇ ਜ਼ਿਲ੍ਹਾ ਪੱਧਰ 'ਤੇ 1965 ਵਿੱਚ ਲਾਗੂ ਕਰ ਦਿੱਤੀ, ਜਿਹਨਾਂ ਰਜਿਸਟਰੀਆਂ ਸਾਰੇ ਪੰਜਾਬ ਦੇ ਵਿੱਚ ਇੱਕਦਮ ਪੰਜਾਬੀ ਵਿੱਚ ਹੋਣ ਲੱਗ ਪਈਆਂ। ਮੈਂ ਸਮਝਦਾ ਇਹ ਇੱਕ ਬੜੀ ਪੰਜਾਬੀ ਲੋਕਾਂ ਦੀ ਜਿੱਤ ਸੀ ਕਿ ਪਹਿਲੀ ਵਾਰੀ ਸਰਕਾਰੀ ਤੌਰ 'ਤੇ ਕਿਸੇ ਲਿਪੀ ਨੂੰ ਇਸ ਨੂੰ ਪੰਜਾਬੀ ਨੂੰ ਮਾਣ ਮਿਲਿਆ, ਤੋ ਕੈਰੋਂ ਨੇ ਦਿੱਤਾ ਜੀ। ਵੈਰੀ ਗੁੱਡ। ਉਸਦੇ ਪਿੱਛੋਂ ਇੱਕ ਮਾਣ ਇੰਦਰਾ ਗਾਂਧੀ ਨੇ ਫਿਰ ਹੋਰ ਭਾਵੇਂ ਜੋ ਮਰਜ਼ੀ ਕੀਤਾ। ਇੱਥੇ ਜਲੰਧਰ ਰੇਡੀਓ ਤੋਂ ਅਸੀਂ ਸੁਣਦੇ ਰਹੇ ਹਾਂ, 1964 'ਚ ਇਹ ਬ੍ਰਾਡਕਾਸਟਿੰਗ ਮਿਨਿਸਟਰ ਸੀ ਜੀ, ਇਸ ਨੇ ਹਿੰਦੀ ਵਿੱਚ ਅਨਾਊਂਸਮੈਂਟ ਜਿਹੜੀ ਹੁੰਦੀ ਸੀ ਉਹ ਪੰਜਾਬੀ 'ਚ ਕਰਵਾਈ ਇੰਦਰਾ ਨੇ, ਇੰਦਰਾ ਜੀ ਉਹ ਪੰਜਾਬੀ 'ਚ ਕਰਵਾਈ। ਇਸ ਤਰ੍ਹਾਂ ਕਰਦਿਆਂ ਕਤਰ ਗਿਆ, 65 ਦੀ ਲੜਾਈ ਸ਼ੁਰੂ ਹੋ ਗਈ। ਉਹਦੇ ਪਿੱਛੋਂ ਫਿਰ ਜਿਹੜੇ ਲੀਡਰ ਸੀਗੇ, ਇੱਕ ਤਾਂ ਹੁਕਮ ਸਿੰਘ ਜਿਹੜਾ ਉਹ ਸਪੀਕਰ ਬਣ ਗਿਆ 1962 ਵਿੱਚ ਜੀ, ਕਿਉਂਕਿ ਉਹ ਅਕਾਲੀਆਂ ਦਾ ਕਿਸੇ ਜ਼ਮਾਨੇ 'ਚ ਪ੍ਰਧਾਨ ਰਿਹਾ ਸੀ ਜੀ, ਜਾਂ ਫਿਰ ਕੋਈ ਇਹ ਸਕੀਮ ਸੀ ਇਹਨਾਂ ਦੀ ਕਿ ਇਹਨਾਂ ਕੋਲ ਇੰਨੀ ਪਾਵਰ ਆ ਗਈ ਆ ਇਹਨਾਂ ਨਾਲ ਟੱਕਰ ਨਹੀਂ ਲੈ ਸਕਦੇ, ਵਿੱਚ ਰਲ ਕੇ ਇਹਨਾਂ ਕੋਲ ਵੰਡਾਓ ਤਾਕਤ ਜੀ 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 ਜੀ। ਅਤੇ ਉਹ ਜੁਗਤ ਨਾਲ ਇਹ ਲੋਕ ਸਭਾ ਦਾ ਸਪੀਕਰ ਬਣ ਗਿਆ 1962 ਵਿੱਚ, ਪਹਿਲਾਂ 57 ਵਿੱਚ ਡਿਪਟੀ ਲੀਡਰ ਬਣਿਆ ਸੀ ਉਹ ਜੀ, ਡਿਪਟੀ ਸਪੀਕਰ, ਅਤੇ ਉਹ ਖੁਸ਼ ਹੋਇਆ ਉਹ ਜਿਹੜਾ ਸੀ ਦੂਸਰਾ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ, ਜਦੋਂ ਉਹਨਾਂ ਨੇ ਜੰਗ ਦੇ ਵਿੱਚ ਬਹੁਤ ਮੁਕਾਬਲੇ ਕੀਤੇ ਸਿੱਖ ਯੋਧਿਆਂ ਨੇ ਜੀ, ਮਿਲਟਰੀ ਨੇ ਬੜੀ ਬੜੀਆਂ ਕੁਰਬਾਨੀਆਂ ਕੀਤੀਆਂ ਅਤੇ ਬੜੇ ਖੁਸ਼ ਹੋਏ ਉਹ। ਉਹਦਾ ਇੱਥੇ ਜਿਹਨੂੰ ਇੰਤਕਾਲ ਕਹਿੰਦੇ ਨੇ, ਮਰਗ ਹੋ ਗਈ ਉਹਦੀ, ਤਾਸ਼ਕੰਦ ਦੇ ਵਿੱਚ ਮੁੜ ਕੇ ਆਏ ਨਹੀਂ ਉਹ ਜੀ। ਉਹਦੇ ਪਿੱਛੋਂ ਸਰਕਾਰ ਬਣ ਗਈ ਇੰਦਰਾ ਦੀ, ਇੰਦਰਾ ਦੀ, ਅਤੇ ਉਹਦੇ ਚਾਹੇ ਜਿੱਦਾਂ ਵੀ ਬਿੰਗਾ ਚੱਦਾ ਉਹਨੇ ਮੰਨਿਆ, ਅਤੇ ਉਹ ਸੁਖਮ ਸਿੰਘ ਕਿਉਂਕਿ ਸਪੀਕਰ ਸੀ ਉਹਨੇ ਇੱਕ ਐਡਵਾਈਜ਼ਰੀ ਕਮੇਟੀ ਬਣਾਈ ਸੀਗੀ, ਅਤੇ ਉਹ ਸਾਰਾ ਇਸ ਵਿੱਚ ਫੈਸਲਾ ਕਰਤਾ ਅਤੇ ਪੰਜਾਬੀ ਜਿਹੜਾ ਰੀਜਨ ਮੰਨਿਆ ਗਿਆ ਉਸ ਨੂੰ ਹੀ
ਪੰਜਾਬੀ ਸੂਬੇ ਦਾ ਨਾਂ ਦਿੱਤਾ ਜਾਵੇ ਜੀ ਤੇ ਇਸ ਨਾਲ ਵੰਡ ਕੀਤੀ ਜਾਵੇ ਜੀ। ਹੁਣ ਗੁਲਜ਼ਾਰੀ ਲਾਲ ਨੰਦਾ ਇੱਕ ਹਿੰਦੂ ਆਰੀਆ ਸਮਾਜੀ ਕਿਉਂਕਿ ਪੰਜਾਬ ਦੇ ਇਹਨਾਂ ਸੱਜਣਾਂ ਦਾ ਰਵੱਈਆ ਪੰਜਾਬੀ ਦੇ ਹੱਕ ਚ ਨਹੀਂ ਰਿਹਾ ਕਦੇ ਵੀ ਨਹੀਂ ਰਿਹਾ ਤੇ ਉਸਨੇ ਮਰਦਮਸ਼ੁਮਾਰੀ ਆ 1961 ਵਾਲੀ ਨੂੰ ਆਧਾਰ ਬਣਾ ਕੇ ਰੈਫਰੈਂਸ ਦਿੱਤੇ ਜੀ। ਜਿਹੜਾ ਕਮਿਸ਼ਨ ਹੈ ਉਹ ਇਹਨਾਂ ਰੈਫਰੈਂਸਾਂ ਤੇ ਕੰਮ ਕਰੇ ਜੀ, ਟਰਮਾਂ ਵੀ ਦੇਤੀਆਂ ਵੀ ਇਹਨਾਂ ਟਰਮਾਂ ਤੇ ਕਰੇ। ਹੁਣ ਜੇ ਅਸੀਂ ਕਈ ਸਿੱਖ ਵਿਦਵਾਨ ਕਹਿੰਦੇ ਆ ਤੇ ਇਹਦੇ ਨਾਲ ਬੜਾ ਧੱਕਾ ਹੋਇਆ। ਉਹ ਮੈਂ ਜੱਜ ਨੇ ਤਾਂ ਉਹ ਜਿਹੜੇ ਫਾਈਲਾਂ ਦੇਖੀਆਂ ਨੇ ਕਿੰਨੇ ਲੋਕ ਕਿੱਥੇ ਬੋਲੀ ਕਿਹੜੀ ਬੋਲਦੇ ਨੇ ਜੀ, ਜੇ ਉਹਦੇ ਥਾਂ ਕੋਈ ਹੋਰ ਜੱਜ ਵੀ ਹੁੰਦਾ ਉਹਨੇ ਵੀ ਇਹੀ ਕੰਮ ਕਰਨਾ ਸੀ। ਉਹ ਤੱਥਾਂ ਤੇ ਹੀ ਉਹਨੇ ਫੈਸਲਾ ਲੈਣਾ ਸੀ। ਤੱਥ ਦੇ ਵਿੱਚ 62 ਦੀ ਜਿਹੜੀ 61 ਦੀ ਮਰਦਮਸ਼ੁਮਾਰੀ ਹੈ ਉਹਦੇ 'ਚ ਵੀ ਬਹੁਤ ਸਾਰੇ ਹਿੰਦੂਆਂ ਨੇ ਹਿੰਦੀ ਲਿਖਾਈ ਸੀ ਜੀ। ਚੰਡੀਗੜ੍ਹ ਜਿਹੜਾ ਹੈ ਉਹਦੇ ਵਿੱਚ 20% ਪੰਜਾਬੀ ਅਤੇ 80% ਲੋਕਾਂ ਨੇ ਹਿੰਦੀ ਲਿਖਵਾਈ ਸੀ, ਜਿਸ ਕਰਕੇ ਚੰਡੀਗੜ੍ਹ ਦਾ ਰੇੜਕਾ ਜਿਹੜਾ ਆ ਹੁਣ ਤੱਕ ਵੀ ਮੌਜੂਦ ਹੈ। ਅੱਜ ਵੀ ਜਿਹੜੇ ਉੱਥੇ ਲੋਕ ਵਸਿੰਦੇ ਨੇ ਉੱਥੇ ਦੀ ਮੀਡੀਅਮ ਜਿਹੜਾ ਹਿੰਦੀ ਅਤੇ ਇੰਗਲਿਸ਼ ਆ ਜੀ, ਪੰਜਾਬੀ ਦਾ ਉੱਥੇ ਤੁਸੀਂ ਮੀਡੀਅਮ ਨਹੀਂ ਬਣਾ ਸਕੇ। ਇਹਦਾ ਮਤਲਬ ਆ ਤੁਸੀਂ ਕਮਜ਼ੋਰ ਆ ਜੀ। ਜਿੰਨੀ ਜਦੋਂ ਜਦ ਪੰਜਾਬੀ ਸੂਬੇ ਵੇਲੇ ਕੋਈ ਇੰਨੇ ਜ਼ਬਰਦਸਤ ਨਹੀਂ ਰਹੇ ਜੀ, ਜਾਂ ਤਾਂ ਤੁਹਾਡੇ ਵਿੱਚ ਕੋਈ ਘਾਟ ਆ ਗਈ ਆ, ਕਿਉਂਕਿ ਹੱਕ ਲੈਣ ਲਈ ਤਾਂ ਫਿਰ ਲੜਨਾ ਹੀ ਪਏਗਾ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਮੂਵਮੈਂਟ ਇੱਕ ਛੋਟੀ ਜਿਹੀ ਹੈ ਪਰ ਅੱਗੇ ਨਹੀਂ ਵੱਧ ਸਕੀ ਜੀ, ਕਿਉਂਕਿ ਲੋਕਾਂ ਦਾ ਬਹੁਤਿਆਂ ਦਾ ਜਿਹੜਾ ਮੂਡ ਆ ਉੱਥੇ ਉਰਦੂ ਦੇ ਹੱਕ 'ਚ ਹੀ ਆ, ਇਸ ਕਰਕੇ ਮੁਜ਼ਾਹਰੇ ਜਿਹੜੇ ਆ ਉਹ ਕਰਦੇ ਨੇ। ਪਰ ਲਿਪੀ ਉਹਨਾਂ ਦੇ ਮਾਟੋ 'ਤੇ ਲਿਖਿਆ ਹੁੰਦਾ ਅਲਫਬੇ ਦੇ ਵਿੱਚ ਜੀ, ਇੱਥੋਂ ਮਤਲਬ ਆ ਕਿ ਉਹ ਹਜੇ ਸਪਸ਼ਟ ਨਹੀਂ ਕਿ ਜਦ ਤੱਕ ਕੋਈ ਲਿਪੀ ਇੱਕ ਨਹੀਂ ਕਿਸੇ ਬੋਲੀ ਦੀ ਹੁੰਦੀ ਉਹ ਤਰੱਕੀ ਨਹੀਂ ਕਰ ਸਕਦੀ। ਸਾਡੇ ਸਾਹਮਣੇ ਰੋਮਨ ਅੱਖਰ ਆ ਜੀ, ਕਿ ਕਈਆਂ ਬੋਲੀਆਂ ਤਾਂ ਹੈਗੇ ਨੇ ਜੀ, ਪਰ ਅੰਗਰੇਜ਼ੀ ਦੀਆਂ ਹੋਰ ਲਿਪੀਆਂ ਨਹੀਂ, ਰੋਮਨ ਹੀ ਆ ਜੀ, ਜਿਸ ਕਰਕੇ ਅੰਗਰੇਜ਼ੀ ਦੇ ਜਿਹੜੇ ਸਪੈਲਿੰਗ ਨੇ ਜੇ ਉਹ ਸਾਨੂੰ ਲੱਗਦਾ ਕਿ ਧੁਨੀ ਦੇ ਮੁਤਾਬਕ ਵੀ ਨਹੀਂ, ਉਹ ਤਾਂ ਵੀ ਫਿਕਸ ਰੂਪ ਆ ਉਹਨਾਂ ਦੇ। ਜੇ ਕਿਸੇ ਹੋਰ ਲਿਪੀ 'ਚ ਲਿਖੇ ਜਾਣ ਤਾਂ ਉਹ ਸਹੀ ਨਹੀਂ ਅਸੀਂ ਪੜ੍ਹ ਸਕਦੇ ਜੀ, ਉਹ ਅਸੀਂ ਰੋਮਨ ਅੱਖਰਾਂ 'ਚ ਪੜ੍ਹ ਸਕਦੇ ਹਾਂ ਜੀ। ਇਸੇ ਤਰ੍ਹਾਂ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬੀ ਵਰਲਡ ਵਿੱਚ 13 ਕਰੋੜ ਲਿਖਾਈ ਆ ਜੀ, 2 ਕਰੋੜ ਨੇ ਲਹਿੰਦੀ ਬੋਲੀ ਜਿਹੜੀ ਆ ਮੁਲਤਾਨੀ ਉਹ ਲਿਖਾਈ ਆ ਜੀ। ਤੋ ਇਸ ਤਰ੍ਹਾਂ ਉਹਨਾਂ ਵਿੱਚ ਇਹ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਪੰਜਾਬ ਦੇ ਟੁਕੜੇ ਇੱਥੇ ਵੀ ਕੀਤੇ ਜਾਣ ਅਤੇ ਪੰਜਾਬੀਆਂ ਦੀ ਜਿਹੜੀ ਡੋਮੀਨੈਂਸੀ ਆ ਖਤਮ ਕੀਤੀ ਜਾਵੇ, ਉਹ ਵੀ ਖਤਮ ਕੀਤੀ ਜਾਵੇ। ਪਰ ਡੋਮੀਨੈਂਸੀ ਤਾਂ ਹੀ ਰਹਿ ਸਕਦੀ ਆ ਜੇ ਤੁਸੀਂ ਆਪਣਾ ਕਲਚਰ ਜਿਹੜਾ ਆ ਉਹਨੂੰ ਦੱਸੋ। ਕਲਚਰ ਦਾ ਤੁਹਾਡਾ ਜਿਹੜਾ ਯੂਪੀ ਵਾਲਾ ਮੰਨੀ ਫਿਰਦਾ, ਇਹ ਤੁਹਾਡਾ ਰਾਜ ਕਿਸ ਕੰਢਾ, ਤੁਹਾਡੇ ਰਣਜੀਤ ਤੁਹਾਡੇ ਨਵਾਜ਼ ਸ਼ਰੀਫ ਹੈ ਇਹ ਪੰਜਾਬ ਦਾ ਸੀਗਾ, ਉਹਦਾ ਭਰਾ ਉਹ ਵੀ ਪੰਜਾਬ ਦਾ ਸੀ ਜੀ, ਇਮਰਾਨ ਖਾਨ ਇਹ ਪਠਾਨ ਆ, ਹਾਲਾਂਕਿ ਇਹ ਪੰਜਾਬੀ ਜਾਣਦਾ ਇਹ, ਕਿਉਂਕਿ ਉਹਨੇ ਪਿੱਛੇ ਜਿਹੇ ਕਿਹਾ ਸੀ ਅਖਬਾਰ 'ਚ ਉਹਦਾ ਬਿਆਨ ਆਇਆ ਕਿ ਮੈਂ ਉਰਦੂ ਨਹੀਂ ਜਾਣਦਾ, ਜਾਂ ਅੰਗਰੇਜ਼ੀ ਜਾਣਦਾ ਜਾਂ ਪੰਜਾਬੀ ਜਾਣਦਾ, ਹਾਂਜੀ ਠੀਕ ਹੈ ਜੀ, ਕਿਉਂਕਿ ਇਹ ਡੋਮੀਨੈਂਟ ਲੈਂਗੁਏਜ ਆ ਇਹ ਉਹਨਾਂ ਦੇ, ਜੋ ਮਰਜ਼ੀ ਤੁਸੀਂ ਕਰਦੇ ਰਹੋ। ਸਿਰਫ ਅਜੇ ਉਹਨਾਂ ਵਿੱਚ ਰਾਜਸੀ ਲੋਕਾਂ ਵਿੱਚ ਇਹ ਹਜੇ ਗੱਲ ਨਹੀਂ ਆਈ ਕਿ ਅਸੀਂ ਪੰਜਾਬੀ ਨੂੰ ਉੱਚਾ ਚੁੱਕੀਏ। ਜਿਹੜੇ ਰਾਈਟਰ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਅਸੀਂ ਗੁਰਮੁਖੀ ਦੇ ਵਿੱਚ ਹੀ ਮਾਟੋ ਲਾਈਏ, ਮੁਰਖੀ ਵਿੱਚ ਵੀ ਲਿਖਿਆ ਕਰੀਏ। ਜੇ ਤੁਸੀਂ ਚਾਹੁੰਦੇ ਹੋ ਸਹਿਜ ਲੋਨ ਜੀ, ਜੇ ਤੁਸੀਂ ਕਹਿੰਦੇ ਆ ਵੀ ਬਾਬੇ ਨਾਨਕ ਦੀ ਆ, ਇਹ ਤਾਂ 1000 ਵਰੇ ਪੁਰਾਣੀ ਲਿਪੀ ਆ ਜੀ, ਹਜੇ ਇਸਲਾਮ ਤਾਂ ਇੱਥੇ ਆਇਆ ਹੀ ਨਹੀਂ ਸੀ। ਤੇ ਇਹ ਵੀ ਤੁਹਾਡਾ ਇਹ ਵਹਿਮ ਆ ਵੀ ਸਿੱਖਾਂ ਨਾਲ ਜੋ ਸਿੱਖਾਂ ਦੀ ਲਿਪੀ ਆ, ਨਹੀਂ ਤੋਂ ਪਹਿਲਾਂ ਸਾਨੂੰ ਚੰਬੇ ਦੇ ਰਾਜਿਆਂ ਦਾ ਦੇਖੋ ਜਾ ਕੇ, ਚੰਬੇ ਮਿਊਜ਼ੀਅਮ ਦੇ ਵਿੱਚ ਜਾ ਕੇ ਕਿੰਨਾ ਮੈਟਰ ਪਿਆ ਉਹ ਇਸ ਲਿਪੀ 'ਚ ਲਿਖਿਆ ਹੋਇਆ ਜੀ, ਹਾਂਜੀ। ਕੁੱਲੂ ਦੇ ਜਿਹੜਾ ਹੈਗਾ ਉੱਥੇ ਵੀ ਦੇਖ ਸਕਦੇ ਹਾਂ ਤੁਸੀਂ ਜੀ, ਅਤੇ ਪੁਰਾਣੀਆਂ ਕਿਤਾਬਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹ ਲਿਪੀ ਜਿਹੜੀ ਹੈ, ਤੁਸੀਂ ਐਵੇਂ ਸਮਝਦੇ ਹੋ ਇਹਨੂੰ।